ਫੈਡਰਲ ਐਨਡੀਪੀ ਸਿੱਖ ਲੀਡਰ ਜਗਮੀਤ ਸਿੰਘ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀਆਂ ਆਉਣ ਵਾਲੀਆਂ ਬਰਨਬੀ ਸਾਊਥ ਰਾਈਡਿੰਗ ਜ਼ਿਮਨੀ ਚੋਣਾਂ ਲੜਨ ਦੀ ਸੰਭਾਵਨਾ ਇੱਕ ਸਮਾਚਾਰ ਏਜੰਸੀ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਜੇਕਰ ਜਗਮੀਤ ਇਸ ਵਿੱਚ ਸਫਲ ਰਹੇ ਤਾਂ ਉਹ ਐਨਡੀਪੀ ਐਮਪੀ ਕੈਨੇਡੀ ਸਟੂਅਰਟ ਤੋਂ ਆਪਣਾ ਕਬਜ਼ਾ ਲੈ ਲੈਣਗੇ ਜੋ ਮੇਅਰਲ ਦੌੜ ਦੇ ਵਿੱਚ ਆਪਣੀ ਸੀਟ ਛੱਡ ਰਹੇ ਨੇ। ਏਜੰਸੀ ਨੇ ਦੋ ਅਗਿਆਤ ਸੂਤਰਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਪਾਰਟੀ ਦੇ ਇੱਕ ਬੁਲਾਰੇ ਨੇ ਏਜੰਸੀ ਦੇ ਫੈਸਲੇ ਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਹੈ ਕਿ ਮੈਟਰੋ ਵੈਨਕੂਵਰ ਦੇ ਉਪ ਨਗਰ ਦੇ ਬਹੁਤ ਸਾਰੇ ਲੋਕ ਜਗਮੀਤ ਸਿੰਘ ਦੇ ਲਈ ਸਮਰਥਨ ਦਿਖਾ ਰਹੇ ਨੇ ਅਤੇ ਉਹਨਾਂ ਨੂੰ ਅਗਲੀ ਚੋਣ ਵਿੱਚ ਆਉਣ ਲਈ ਕਹਿ ਰਹੇ ਨੇ। ਬੁਲਾਰੇ ਨੇ ਇੱਕ ਈਮੇਲ ਦੇ ਵਿੱਚ ਏਜੰਸੀ ਨੂੰ ਦੱਸਿਆ ਹੈ ਕਿ ਜਦੋਂ ਪਿਛਲੇ ਮਹੀਨੇ ਮਿਸਟਰ ਸਿੰਘ ਬਰਨਵੀ ਵਿੱਚ ਸਨ ਤਾਂ ਉਹਨਾਂ ਨੇ ਦੇਖਿਆ ਹੈ ਕਿ ਉੱਥੋਂ ਦੇ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਬਹੁਤ ਸਾਰੇ ਮੁੱਦਿਆਂ ਉੱਤੇ ਕੈਨੇਡੀਅਨ ਸੰਘਰਸ਼ ਕਰ ਰਹੇ ਨੇ। ਬੁਲਾਰੇ ਨੇ ਏਜੰਸੀ ਨੂੰ ਦੱਸਿਆ ਹੈ ਕਿ ਭਵਿੱਖ ਵਿੱਚ ਇਸ ਬਾਬਤ ਫੈਸਲਾ ਲੈਣਗੇ। ਜ਼ਿਮਨੀ ਚੋਣਾਂ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ।